ਵੈਸ ਭਾਈ ਇਹਦੀ ਉਮਰ ਕਿੰਨੀ ਕੁ ਹੋ ਗਈ ਘੋੜੇ ਦੀ? 6 ਲੱਖ ਤੇ ਤਿਆਰ ਪਹਿਲੇ ਮਾਸ਼ਾਅੱਲਾ ਕਰ ਦਿੱਤਾ। ਠੀਕ ਹੋ ਗਿਆ ਮਾਸ਼ਾਅੱਲਾ। ਲੈ ਜੀ ਅਸਲਾਮ ਵਾਲੇਕਮ ਜੀ। ਅੱਜ ਅਸੀਂ ਖਾਰੀਆਂ ਦੇ ਨਾਲ ਮਿਰਜ਼ਾ ਤਾਹਿਰ ਜੀ, ਇੱਕ ਪਿੰਡ ਹੈ ਛੋਟਾ ਜਿਹਾ ਬਹੁਤ ਖੂਬਸੂਰਤ, ਅਤੇ ਅਸੀਂ ਇੱਕ ਆਪਣੇ ਬਹੁਤ ਪਿਆਰੇ ਦੋਸਤ ਸਬਸਕ੍ਰਾਈਬਰ ਦੇ ਕੋਲ ਆਏ ਹਾਂ ਔਰ ਉਹਨਾਂ ਦਾ ਸ਼ੌਕ ਜਿਹੜਾ ਤੁਹਾਨੂੰ ਦਿਖਾਉਣ ਲੱਗੇ ਹਾਂ। ਅਤੇ ਜਨਾਬ ਅਸੀਂ ਤੁਹਾਡਾ ਤਾਰਫ ਵੀ ਕਰਵਾਉਂਦੇ ਹਾਂ ਜੀ। ਅਸਲਾਮ ਵਾਲੇਕਮ ਜੀ। ਕੀ ਹਾਲ ਵੀਰ ਜੀ? ਠੀਕ ਠਾਕ ਹੋ ਜਨਾਬ? ਸ਼ੁਕਰ ਅਲਹਮਦੁਲਿਲਾ ਮਾਸ਼ਾਅੱਲਾ। ਤੁਹਾਡੀ ਖਿਦਮਤ ਨੂੰ ਵੇਖ ਕੇ ਬਹੁਤ ਦਿਲ ਖੁਸ਼ ਹੋਇਆ, ਅਤੇ ਇਨਸ਼ਾਅੱਲਾ ਜਿਹੜਾ ਵੀ ਦੋਸਤ ਦੇਖ ਰਿਹਾ ਹੋਵੇਗਾ ਔਰ ਜਿਹੜੇ ਜਿਹੜੇ ਦੋਸਤ ਮੇਰੇ ਭਰਾ ਦੇਖਣਗੇ ਔਰ ਇਸ ਚੀਜ਼ ਨਾਲ ਪਿਆਰ ਕਰਦੇ ਨੇ, ਉਹ ਇਨਸ਼ਾਅੱਲਾ ਇਸ ਗੱਲ ਦੇ ਨਾਲ ਵੀ ਪਿਆਰ ਕਰਨਗੇ ਤੁਹਾਡੀ ਖਿਦਮਤ ਨੂੰ ਵੇਖ ਕੇ। ਅਤੇ ਜਨਾਬ ਇਹ ਜਿਹੜਾ ਸਾਡੇ ਸਬਸਕ੍ਰਾਈਬਰ ਵਾਸਤੇ ਜਿਹੜੇ ਇਸ ਚੀਜ਼ ਦੀ ਕਦਰ ਕਰਦੇ ਨੇ, ਇੱਜ਼ਤ ਕਰਦੇ ਨੇ, ਇਹਤਰਾਮ ਕਰਦੇ ਨੇ, ਉਹਨਾਂ ਵਾਸਤੇ ਇਹ ਦੱਸੋ ਕਿ ਇਹ ਘੋੜੇ ਨੂੰ ਜਾਂ ਕੁੜੀ ਨੂੰ ਇਹ ਕਿੰਨਾ ਦਿਨਾਂ ਬਾਅਦ ਜਿਹੜਾ ਉਹ ਨਵਾਉਣਾ ਚਾਹੀਦਾ? ਹਫ਼ਤੇ 2 ਦਫ਼ਾ। 2 ਦਫ਼ਾ? ਬਿਲਕੁਲ। ਯਾਨੀ ਕਿ ਹਫ਼ਤੇ ਦੇ ਵਿੱਚ 2 ਦਫ਼ਾ, ਯਾਨੀ ਕਿ 2-2 3 ਦਿਨ ਦਾ ਗੈਪ ਪਾ ਲਵੇ, 3 ਦਿਨ ਬਾਅਦ ਫਿਰ ਨਵਾ ਦੇਵੇ? ਅਤੇ ਅੱਛਾ, ਇਹ ਮੈਂ ਨਵਾਉਣ ਦਾ ਕੋਈ ਟਾਈਮ ਵੀ ਹੁੰਦਾ? ਯਾਨੀ ਕਿ ਕਿਸ ਟਾਈਮ ਬੰਦਾ ਨਵਾ ਦੇਵੇ? ਪਹਿਲੇ ਟਾਈਮ ਵੀ ਨਵਾ ਦੇਵੇ ਜਾਂ ਸ਼ੁਕਰ ਦੁਪਹਿਰ ਨਵਾਵੇ, ਜਾਂ ਕਿ ਹੁਣ ਜਿਵੇਂ 5 ਦਾ ਟਾਈਮ ਹੋਇਆ ਹੋਇਆ ਇਸ ਟਾਈਮ ਨਵਾ ਦੇਵੇ? 2 ਟਾਈਮ ਨੇ, ਇੱਕ ਸਵੇਰ ਪਹਿਲੇ ਟਾਈਮ, ਇੱਕ ਹੁਣ ਸ਼ਾਮ ਦਾ ਟਾਈਮ ਹੈ ਜਿਹੜਾ, ਇੱਕ ਸ਼ਾਮ ਦਾ ਟਾਈਮ। ਜੀ ਹਾਂ, ਦੋਵਾਂ ਟਾਈਮਾਂ ਦੇ ਵਿੱਚ ਜਿਹੜੇ ਮਰਜ਼ੀ ਟਾਈਮ ਨਵਾ ਦੇਵੇ? ਜੀ ਬਿਲਕੁਲ ਨਵਾ ਸਕਦੇ ਹੋ, ਉਹ ਕੋਈ ਮਸਲਾ ਨਹੀਂ ਹੈ। ਠੀਕ। ਅਤੇ ਇਹਦੇ ਵਿੱਚ ਜਿਹੜਾ ਹੈਗਾ ਕੋਈ, ਜੇਕਰ ਕੁੱਤੇ ਨੇ ਟਾਈਮ ਨਵਾ ਦੇਵੇ ਤਾਂ ਉਹਦੇ 'ਚ ਵੀ ਕੋਈ ਹਰਜ ਨਹੀਂ? ਨਹੀਂ, ਉਹਦੇ 'ਚ ਕੋਈ ਹਰਜ ਨਹੀਂ ਹੈ, ਲੇਕਿਨ ਇਹ ਹੈ ਕਿ 3 ਟਾਈਮ ਅਗਰ ਲਾਉਣਾ ਹੈ ਨਾ ਅਤੇ ਉਹਦੇ ਫਿਰ ਇਹਨਾਂ ਨੂੰ 6ਵੇਂ ਬਣਨਾ ਪਵੇਗਾ। ਧੁੱਪੇ ਨਹੀਂ ਬਣਨਾ ਪਵੇਗਾ? ਨਵਾਲ ਕੇ ਧੁੱਪੇ ਨਹੀਂ ਬਣਨਾ। ਅਤੇ ਧੁੱਪੇ ਬਣਨ ਦੇ ਵਿੱਚ ਫਿਰ ਕੀ ਹੋ ਜਾਂਦਾ? ਇਨਸਾਨੀ ਸਿਸਟਮ ਹੈ ਸਾਰਾ, ਕੋਈ ਬੁਖਾਰ ਦੀ ਸ਼ਿਕਾਇਤ ਹੋ ਜਾਂਦੀ ਹੈ, ਗਰਮ ਸਰਦ ਗਰਦ ਸਰਮ ਹੋ ਜਾਂਦਾ, ਘੋੜੇ ਨੂੰ ਫਿਰ ਮੁੜਕਾ ਨਹੀਂ ਆਉਂਦਾ, ਬੰਦ ਹੋ ਜਾਂਦੀ ਹੈ? ਬਿਲਕੁਲ। ਅੱਛਾ, ਇਹਦੇ ਵਾਸਤੇ ਹੈ ਕਿ ਜਾਂ ਤਾਂ ਪਹਿਲੇ ਟਾਈਮ ਨਵਾਓ ਉਹਨੂੰ ਜੀ, ਅਤੇ ਜਾਂ ਪਿਛਲੇ ਟਾਈਮ ਨਵਾਓ ਜੀ, ਅਤੇ ਪਿਛਲਾ ਜਦ ਦੁਪਹਿਰ ਦਾ ਵੇਲਾ ਨਾ ਜਦੋਂ ਧੁੱਪ ਹੋਵੇ ਸਖਤ ਉਦੋਂ ਨਹੀਂ ਨਵਾਉਣਾ ਚਾਹੀਦਾ, ਜੇ ਨਵਾਓ ਤਾਂ ਫਿਰ ਉਹਨੂੰ ਛਾਂ ਨਹੀਂ ਬਣਦਾ। 5-6 ਵਜੇ ਨਾਲ ਠੀਕ ਹੋ ਜਾਂਦਾ ਮੌਸਮ? 5-6 ਵਜੇ ਨਵਾ ਦੇਵੋ ਜੀ। ਠੀਕ ਹੋ ਗਿਆ। ਤੇ ਇਹ ਵੈਸੇ ਨਵਾਉਣ ਦੇ ਨਾਲ ਕਿੰਨਾ ਕੁ ਮਾਸ਼ਾਅੱਲਾ ਘੋੜੇ ਦੇ ਜਿਸਮ ਦੇ ਵਿੱਚ, ਯਾਨੀ ਕਿ ਉਹਦੀ ਤਬੀਅਤ ਦੇ ਵਿੱਚ ਕੋਈ ਫਰਕ ਪੈਂਦਾ? ਫਰੈਸ਼ ਹੋ ਜਾਂਦਾ, ਯਾਨੀ ਕਿ ਘੋੜੀ ਦੇ ਘੋੜੇ ਨੂੰ ਫਰੈਸ਼ ਕਰਨ ਵਾਸਤੇ, ਜਿਵੇਂ ਬੰਦਾ ਹੁਣ ਗਰਮੀ ਦੇ ਵਿੱਚ ਬੌਂਦਲ ਜਾਂਦਾ, ਇਵੇਂ ਜਦੋਂ ਘੋੜੇ ਨੂੰ ਨਵਾ ਦੇਵੋਗੇ ਤੇ ਉਹ ਵੀ ਜਰਾ ਫਰੈਸ਼ ਹੋ ਜਾਏਗੀ? ਉਹਨੂੰ ਬਿਲਕੁਲ ਸਹੀ। ਤੇ ਲਓ ਜੀ ਭਾਜੀ, ਇਹ ਤੁਹਾਡੇ ਵਾਸਤੇ ਮਾਸ਼ਾਅੱਲਾ ਇਹ ਵੀ ਇੱਕ ਨਵੀਂ ਇੱਕ ਚੀਜ਼ ਤਾਂ ਨਹੀਂ, ਪੁਰਾਣੀ ਚੀਜ਼ ਹੀ ਹੈ, ਲੇਕਿਨ ਇਹ ਜਿਸ ਤਰ੍ਹਾਂ ਇਨਸਾਨ ਜਿਹੜਾ ਹੈਗਾ ਉਹ ਨਹਾਉਣ ਤੋਂ ਬਗੈਰ ਨਹੀਂ ਰਹਿ ਸਕਦਾ ਅਤੇ ਉਹ ਨਹਾਉਣਾ ਹੀ ਪੈਂਦਾ ਫਰੈਸ਼ਨੈਸ ਵਾਸਤੇ, ਅਤੇ ਇਹ ਵੀ ਜਾਨਵਰ ਦਾ ਜਿਹੜਾ ਹੈਗਾ ਜੀ ਫਰੈਸ਼ਨੈਸ ਵਾਸਤੇ ਜਿਹੜਾ ਨਾ ਘੋੜੇ ਨੂੰ ਅਤੇ ਘੋੜੇ ਨੂੰ ਨਵਾਉਣਾ ਪੈਂਦਾ। ਅਤੇ ਲਓ ਜੀ ਮਾਸ਼ਾਅੱਲਾ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਭਾਈ ਵੀਰੇ ਨੇ ਘੋੜੇ ਨਵਾਈ ਹੈ, ਉਸ ਤੋਂ ਬਾਅਦ ਪਿੱਛੇ ਜਿਹੜੇ ਬਾਲ ਹੈਗੇ ਨੇ ਦੁਮਚੀ ਦੇ ਉਹ ਜਿਹੜੇ ਬਾਲ ਉਹ ਸੁਕਾ ਰਹੇ ਨੇ। ਅੱਛਾ ਵੀਰ ਜੀ, ਇੱਕ ਲੋਕ ਜਿਹੜੇ ਨਾ ਜ਼ਿਆਦਾ ਕਈ ਸ਼ੈਂਪੂ ਵੀ ਇਸਤੇਮਾਲ ਕਰਦੇ ਨੇ, ਕਈ ਕੰਡੀਸ਼ਨਰ ਵਗੈਰਾ ਵੀ ਇਸਤੇਮਾਲ ਕਰ ਲੈਂਦੇ ਨੇ, ਉਹਦੇ ਨਾਲ ਵੀ ਕੋਈ ਫਰਕ ਪੈਂਦਾ ਜਾਂ ਕਿ ਸਾਦੇ ਪਾਣੀ ਨਾਲ ਨਵਾ ਦਿਓ ਜਾਂ ਸਾਬਣ ਨਾਲ ਨਵਾ ਦਿਓ ਜਾਂ ਕਿਸੇ ਹੋਰ ਚੀਜ਼? ਇਹ ਹੈ ਕਿ ਸਾਦੇ ਪਾਣੀ ਨਾਲ ਨਲਾ ਕੇ ਅਤੇ ਆਮ ਜਿਹੜਾ ਦੇਸੀ ਸਾਬਣ ਹੁੰਦਾ ਹੈ, ਦੇਸੀ ਸਾਬਣ ਕੱਪੜਿਆਂ ਵਾਲਾ ਜਿਵੇਂ ਆਪਾਂ ਕੱਪੜੇ ਧੋਈਦੇ ਨੇ, ਉਹਦੇ ਨਾਲ ਇਸਤੇਮਾਲ ਕਰੋ, ਕਿਉਂਕਿ ਸ਼ੈਂਪੂ ਨਾਲ ਹੈ ਜਿਹੜਾ, ਸ਼ੈਂਪੂ ਨਾਲ ਇਹਨਾਂ ਦੇ ਵਾਲ ਵੀ ਖਰਾਬ ਹੋ ਜਾਂਦੇ ਨੇ। ਠੀਕ ਹੈ। ਅਤੇ ਦੂਸਰੇ ਨੰਬਰ 'ਤੇ ਇਹਨਾਂ ਦੀ ਜਿਲਦ 'ਤੇ ਵੀ ਅਸਰ ਪੈਂਦਾ।
ਚੱਲ ਪਿੱਛੇ ਜੀ ਜਨਾਬ ਜ਼ਰਾ ਤੁਸੀਂ ਆਪਣਾ ਜਿਹੜਾ ਨਾ ਅਸੀਂ ਤੁਹਾਡਾ ਤਾਰਫ ਕਰਾਉਂਦੇ ਹਾਂ ਜੀ ਆਪਣਾ ਨਾਮ ਜ਼ਰਾ ਪੂਰਾ ਦੱਸਣਾ ਮੈਂ ਸਰਵਰ ਵਾਲੇ ਗੁਲਾਮ ਸਰਵਰ ਘੋੜੀ ਮਾਸ਼ਾਅੱਲਾ ਅਵੈਸ ਭਾਈ ਤਿਆਰ ਕਰ ਰਹੇ ਨੇ ਤੇ ਤੁਹਾਨੂੰ ਇਹਦਾ ਘੋੜੀ ਦਾ ਟੋਰਾ ਟੋਰਾ ਦਿਖਾਵਾਂਗੇ ਇਨਸ਼ਾਅੱਲਾ ਮੁਸ਼ਕਿਲ ਜਿਹੜੀ ਨਵਾਈ ਉਹਦਾ ਵੀ ਤੁਹਾਨੂੰ ਦਿਖਾਵਾਂਗੇ ਮਾਸ਼ਾਅੱਲਾ ਕਿਸ ਤਰ੍ਹਾਂ ਕਾਠੀ ਵਗੈਰਾ ਇਸਤੇਮਾਲ 'ਚ ਲੈ ਕੇ ਆਈ ਵੀ ਹੈ ਅਤੇ ਕਿਸ ਤਰ੍ਹਾਂ ਬੰਨੀ ਦਾ ਅੱਗੇ ਤੁਹਾਨੂੰ ਲਾਲ ਘੋੜੀ ਦਿਖਾਈ ਹੁਣ ਇਹ ਸ਼ੇਰ ਹੈ ਜਿਹੜਾ ਇਹ ਭੱਜੇਗਾ ਤੁਹਾਨੂੰ ਜਿਹੜਾ ਤੋਂ ਪਹਿਲਾਂ ਭੱਜਿਆ ਹੋਵਾਂਗਾ ਕਿਉਂਕਿ ਉਹ ਇਹਦੀ ਮਾਂ ਹੈ
ਆ ਦੇਖ ਨਾ ਆਪਦੀ ਮਾਂ ਦੀ ਬਹੁਤ ਭੱਜਿਆ ਨਾ ਬਾਈ ਆਪਣੀ ਘੋੜੀ ਧੋਣੀ ਆ ਵਿਖਾਉਣੀ ਆ ਜ਼ਿਆਦਾ ਵਜਾਈਆਂ ਨਹੀਂ ਨੇ ਕਿਉਂਕਿ ਦੋਵੇਂ ਗੱਬਣ ਹੈਗੀਆਂ ਨੇ ਕਰਾਸ ਨੇ ਅਤੇ ਫਿਰ ਜ਼ਿਆਦਾ ਭਜਾਵਣ ਨਾਲ ਜਿਹੜਾ ਨਾ ਅਤੇ ਨੁਕਸਾਨ ਹੋ ਸਕਦਾ ਕਰਾਸਿੰਗ 'ਚ ਅੱਛਾ ਵਛੇਰੇ ਨੂੰ ਜਦੋਂ ਪਤਾ ਲੱਗਾ ਨਾ ਮੇਰੀ ਮਾਂ ਤਾਂ ਉਹ ਛੱਡ ਕੇ ਇਹਨੂੰ ਭੱਜਿਆ ਹੈ ਹਾਂ